ਕੁਵੀਨਸ ਰੋਡ ਸਥਿਤ ਅਲੈਗਜ਼ੈਂਡਰਾ ਸਕੂਲ ਵਿੱਚ ਅੱਜ 26ਵੀਂ ਦਿਨ ਰੋਜ਼ਾ ਡਾਇਓਸੀਸਨ ਕੌਂਸਲ ਆਰੰਭ ਕੀਤੀ ਗਈ। ਇਸ ਵਿੱਚ ਦੇਸ਼ ਵਿਦੇਸ਼ ਤੋਂ ਆਏ ਡੈਲੀਗੇਟਸ ਨੇ ਭਾਗ ਲਿਆ। ਇਸ ਦੌਰਾਨ ਪੰਜਾਬੀ ਵਿਰਸੇ ਨਾਲ ਸੰਬੰਧਿਤ ਇੱਕ ਸੈਮੀਨਾਰ ਵੀ ਲਗਾਇਆ ਗਿਆ। ਇਸ ਮੌਕੇ ਤੇ ਡਾਇਓਸੀਸਨ ਦੇ ਬਿਸ਼ਪ ਅਤੇ ਸਤਿਕਾਰਤ ਪ੍ਰਦੀਪ ਕੁਮਾਰ ਸ਼ਾਂਤਾਰਾਏ ਨੇ ਦੱਸਿਆ ਕਿ ਹਰ 3 ਸਾਲਾਂ ਬਾਅਦ ਇੱਥੇ ਇੱਕ ਨੈਸ਼ਨਲ ਮੀਟਿੰਗ ਕੀਤੀ ਜਾਂਦੀ ਹੈ, ਜਿਸ ਵਿੱਚ ਦੇਸ਼ ਵਿਦੇਸ਼ ਤੋਂ ਡੈਲੀਗੇਟਸ ਹਿੱਸਾ ਲੈਂਦੇ ਹਨ। ਅੱਜ ਦੀ ਇਸ ਮੀਟਿੰਗ ਵਿੱਚ ਪਹਿਲੇ 3 ਸਾਲਾਂ ਦੇ ਕੀਤੇ ਗਏ ਕੰਮਾਂ ਬਾਰੇ ਗੱਲਬਾਤ ਕੀਤੀ ਗਈ ਅਤੇ ਅਗਲੇ 3 ਸਾਲਾਂ ਵਿੱਚ ਕੀ ਜ਼ਰੂਰਤਾਂ ਹਨ ਉਹਨਾਂ ਉੱਪਰ ਵੀ ਵਿਚਾਰ ਵਟਾਂਦਰਾ ਕੀਤਾ ਗਿਆ। ਪ੍ਰਦੀਪ ਕੁਮਾਰ ਨੇ ਗੱਲਬਾਤ ਕਰਦੇ ਦੱਸਿਆ ਕਿ ਅੱਜ ਦਾ ਇਨਸਾਨ ਆਪਣੇ ਬਾਰੇ ਸੋਚਦਾ ਹੈ ਅਤੇ ਦੂਸਰੇ ਨੂੰ ਚੰਗਾ ਨਹੀਂ ਸਮਝਦਾ। ਉਹਨਾਂ ਕਿਹਾ ਕਿ ਸਾਡੇ ਸਮਾਜ ਵਿੱਚ ਬਹੁਤ ਬੁਰਾਈਆਂ ਹਨ ਜਿਨ੍ਹਾਂ ਨੂੰ ਦੂਰ ਕਰਨ ਦੀ ਜ਼ਰੂਰਤ ਹੈ। ਪੰਜਾਬ ਦੇ ਨੌਜਵਾਨ ਨਸ਼ੇ ਵੱਲ ਜਾ ਰਹੇ ਹਨ। ਹਰ ਮਹੀਨੇ ਨਸ਼ੇ ਨਾਲ ਕਈ ਨੌਜਵਾਨ ਮਰ ਰਹੇ ਹਨ ਅਤੇ ਨਸ਼ੇ ਦੇ ਖਿਲਾਫ ਸਾਰਿਆਂ ਨੂੰ ਇੱਕ ਹੋ ਕੇ ਨਸ਼ੇ ਨੂੰ ਜੜ ਤੋਂ ਖਤਮ ਕਰਨਾ ਚਾਹੀਦਾ ਹੈ। ਉਹਨਾਂ ਕਿਹਾ ਕਿ ਜੋ ਸਾਡਾ ਵਾਤਾਵਰਣ ਖਰਾਬ ਹੋ ਰਿਹਾ ਹੈ ਉਸ ਨੂੰ ਸੰਭਾਲਣ ਦੀ ਵੀ ਜ਼ਰੂਰਤ ਹੈ। ਉਹਨਾਂ ਕਿਹਾ ਕਿ ਪਰਮੇਸ਼ਵਰ ਨੇ ਇਸ ਦੁਨੀਆ ਨੂੰ ਸੁੰਦਰ ਬਣਾਇਆ ਸੀ ਪਰ ਮਨੁੱਖ ਨੇ ਇਸ ਦਾ ਰੂਪ ਵਿਗਾੜ ਕੇ ਰੱਖ ਦਿੱਤਾ ਹੈ। ਸਾਨੂੰ ਇਸ ਦਾ ਪਰਿਵਰਤਨ ਕਰਨਾ ਚਾਹੀਦਾ ਹੈ। ਇਸ ਮੌਕੇ ਤੇ ਡਾਇਰੈਕਟਰ ਡੈਨੀਅਲ ਬੀ ਦਾਸ ਨੇ ਆਏ ਹੋਏ ਸਾਰੇ ਮਹਿਮਾਨਾਂ ਦਾ ਇੱਥੇ ਪਹੁੰਚਣ ਤੇ ਧੰਨਵਾਦ ਕੀਤਾ। ਇਹ ਡਾਇਸਿਸ 26th ਡਾਇਸਿਸਨ ਕਾਉਂਸਲ ਮੀਟਿੰਗ ਹੋ ਰਹੀ ਹੈ 31st ਸੇ ਲੈ ਕੇ 3 ਤਾਰੀਖ ਤੱਕ ਔਰ ਉਸਮੇ ਜੋ ਪੰਜਾਬ ਔਰ ਹਿਮਾਚਲ ਪ੍ਰਦੇਸ਼ ਔਰ ਜੰਮੂ ਕਸ਼ਮੀਰ ਕੇ ਸਾਰੇ ਡੈਲੀਗੇਟਸ ਯਹਾਂ ਉਪਸਥਿਤ ਹੈ ਔਰ ਉਸਕੇ ਸਾਥ ਜੋ ਹਮਾਰੇ ਪਾਰਟਨਰਸ ਹੈ ਜੋ ਹਮਾਰੇ ਕਾਮ ਮੇ ਹਮਾਰੇ ਸਾਥੀ ਹੈ ਉਹ ਵੀ ਇੰਡੀਆ ਕੇ ਕੋਨੇ ਕੋਨੇ ਸੇ ਯਾਨੀ ਕਿ ਬਾਹਰ ਸੇ ਆ ਕਰ ਹਮਾਰੇ ਬੀਚ ਮੇ ਸ਼ਾਮਿਲ ਹੈ। ਇਸਮੇ ਹਮ ਜੋ ਥੀਮ ਰੱਖਾ ਹੈ ਉਹ ਹੈ ਕਿ ਕਮ ਹੋਲੀ ਸਪਿਰਿਟ ਰਿਨਿਊ ਦਾ ਹੋਲ ਕ੍ਰੀਏਸ਼ਨ ਕਿ ਪਵਿੱਤਰ ਆਤਮਾ ਆ ਔਰ ਇਸ ਸਾਰੀ ਸ੍ਰਿਸ਼ਟੀ ਕੀ ਨਵੀਨਕਰਨ ਕਰ। ਤੋ ਉਸਮੇ ਹਮ ਲੋਗੋਂ ਕੇ ਸਾਥ ਇਹ ਡਿਸਕਸ਼ਨ ਕਰ ਰਹੇ ਹੈ ਕਿ ਖੁਦਾ ਨੇ ਸਭ ਕੁਛ ਸੁੰਦਰ ਬਣਾਇਆ ਥਾ ਔਰ ਹਮ ਜੋ ਹੈ ਇਨਸਾਨ ਉਸਕੋ ਬਿਗਾੜਾ ਹੈ ਤੋ ਇਸ ਸ੍ਰਿਸ਼ਟੀ ਕੋ ਕੈਸੇ ਹਮ ਦੁਬਾਰਾ ਫਿਰ ਸੁੰਦਰ ਬਣਾ ਸਕਤੇ ਹੈ ਔਰ ਖਾਸ ਕਰ ਉਸਮੇ ਜੋ ਮਾਇੰਡ ਸੈਟ ਹੈ ਇਹਨਾਂ ਕਾ ਕਿ ਰਿਨਿਊਅਲ ਆਫ ਮਾਇੰਡ ਚਾਹੀਏ ਕਿਉਂਕਿ ਅੱਜ ਹਮਾਰੇ ਮਾਇੰਡ ਮੇ ਜੈਸੇ ਕਿ ਦੂਸਰੋਂ ਕੇ ਲੀਏ ਹਮ ਜੈਸੇ ਸੋਚਤੇ ਹੈ ਹਮ ਆਪਣੇ ਲਈ ਜ਼ਿਆਦਾ ਸੋਚਤੇ ਹੈ ਉਨਕੋ ਸਪੇਸ ਨਹੀਂ ਦੇਤੇ ਹੈ ਜਿਸਕੀ ਵਜ੍ਹਾ ਸੇ ਆਪਣੇ ਸਵਾਰਥ ਕੇ ਲੀਏ ਦੇਸ਼ ਕੇ ਅਗੇਂਸਟ ਮੇ ਇੱਕ ਸਟੇਟ ਔਰ ਇੱਕ ਸਟੇਟ ਕੇ ਅਗੇਂਸਟ ਮੇ ਕਮਿਊਨਿਟੀ ਕੇ ਅਗੇਂਸਟ ਮੇ ਰਿਲੀਜੀਅਨ ਕੇ ਨਾਮ ਪਰ ਵਾਇਲੈਂਸ ਹੋ ਰਿਹਾ ਹੈ ਬਾਕੀ ਸਮਾਜ ਮੇ ਜਿਤਨਾ ਵੀ ਬੁਰਾਈ ਹੈ ਹਮ ਉਨ ਇਸ਼ੂਜ਼ ਪਰ ਡਿਸਕਸ ਕਰਤੇ ਹੈ ਤਾਂ ਕਿ ਇਸਕੋ ਸੁੰਦਰ ਬਣਾਉਣ ਮੇ ਜੋ ਸਭ ਹਰਡਲਸ ਹੈ ਜੋ ਉਨਕੋ ਕੈਸੇ ਹਮ ਹਟਾ ਸਕਤੇ ਹੈ।